ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ। ਦੇਖਦੇ ਆ ਵੀਰੇ ਪਿੰਡ 'ਚ ਕਿੰਨੇ ਕਿੰਨੇ ਕੁ ਬੂਥ ਲੱਗੇ ਨੇ, ਕੀ ਆ ਮਾਹੌਲ। ਉਹ ਕਾਂਗਰਸ ਦਾ ਬੂਥ ਲੱਗਿਆ ਹੋਇਆ ਉੱਧਰ, ਅਤੇ ਇੱਧਰ ਬਾਕੀ ਤੁਹਾਨੂੰ ਦਿਖਾਉਂਦੇ ਆ ਵੀ ਆਪਣੇ ਪਿੰਡ 'ਚ ਕਿੰਨੇ ਕੁ ਬੂਥ ਲੱਗੇ ਨੇ, ਕਿਵੇਂ ਆ। ਅਤੇ ਇੱਧਰ ਆਪਣਾ ਆਪ ਪਾਰਟੀ ਵਾਲਾ ਲੱਗਿਆ ਹੋਇਆ ਬੂਥ, ਅਤੇ ਬਾਕੀ ਤੁਹਾਨੂੰ ਹੋਰ ਦਿਖਾਉਂਦੇ ਆ ਕਿਹੜੀ ਕਿਹੜੀ ਪਾਰਟੀ ਦੇ ਬੂਥ ਲੱਗੇ ਨੇ। ਅਤੇ ਹੋਰ ਆਪਣਾ ਇਹ ਬਾਲਟੀਆਂ ਦਾ ਲੱਗਿਆ ਹੋਇਆ, ਅਤੇ ਨਾਲ ਹੀ ਇਹਨਾਂ ਦੇ ਪੰਜ ਸੱਤ ਬੂਥ ਲੱਗੇ ਹੋਏ ਨੇ। ਉੱਧਰ ਕਾਕਾ ਰਣਦੀਪ ਦੇ ਭਾਈ ਦਾ ਲੱਗਿਆ ਹੋਇਆ, ਅਤੇ ਉੱਧਰ ਸੌਰਭ ਦਾ, ਸਾਰੀਆਂ ਪਾਰਟੀਆਂ ਦੇ ਐਨ ਵਧੀਆ ਲੱਗਿਆ ਹੋਇਆ, ਚੱਲ ਰਿਹਾ ਕੰਮ। ਅਤੇ ਇੱਧਰ ਤੱਕੜੀ ਜਾਣ ਦਾ ਲੱਗਿਆ ਹੈ, ਸਾਰੀਆਂ ਪਾਰਟੀਆਂ ਦੇ ਲੱਗੇ ਹੋਏ ਨੇ ਬੂਥ, ਤੁਹਾਨੂੰ ਦਿਖਾਏ ਨੇ। ਹਾਂ ਜੱਸੀ ਬਾਈ, ਹਾਂਜੀ ਹੁਣ ਦੇਖਦੇ ਹਾਂ ਵੀ ਕਿਹੜੀ ਕਿਵੇਂ ਵੋਟਾਂ ਦਾ ਮਾਹੌਲ, ਅਤੇ ਆਪਾਂ ਨੂੰ ਦੱਸਣਗੇ ਬੰਦੇ। ਹਾਂਜੀ ਕਿਵੇਂ ਆ ਮਾਹੌਲ ਵੀਰੇ? ਮਾਹੌਲ ਬਹੁਤ ਵਧੀਆ, ਝਾੜੂ ਵਾਲੀ ਪਾਰਟੀ ਆਊਗੀ ਯਾਰ। ਅੱਛਾ, ਅਸੀਂ ਉਹਨਾਂ ਕੋਲ ਨਹੀਂ ਬਾਈ, ਨਹੀਂ। ਅੱਛਾ ਜੀ, ਨਜ਼ਾਰੇ ਆ ਰਹੇ ਨੇ ਯਾਰ, ਪੂਰੇ ਨਜ਼ਾਰੇ ਲੈ ਤੜਕਦੇ ਯਾਰ। ਸਮੋਸੇ ਖਾ ਲਏ, ਬ੍ਰੈਡ ਖਾ ਲਏ, ਨਜ਼ਾਰੇ ਆ ਰਹੇ ਨੇ ਯਾਰ ਪੂਰੇ। ਕੋਈ ਲੜਾਈ ਝਗੜੇ ਦਾ ਕੰਮ ਤਾਂ ਨਹੀਂ ਕੋਈ ਚੱਲ ਰਿਹਾ? ਕੋਈ ਨਹੀਂ, ਪਿੰਡ 'ਚ ਮਾਂਗਾ ਮੇਲਾ ਲੱਗਿਆ ਪੈਣ, ਮੇਲਾ ਲੱਗਿਆ ਪਿਆ ਪਿੰਡ 'ਚ ਯਾਰ, ਨਜ਼ਾਰੇ ਆ ਰਹੇ ਨੇ। ਪੂਰਾ ਵਧੀਆ ਚੱਲ ਰਿਹਾ ਕੰਮ ਵੀਰੇ? ਵਧੀਆ, ਤਿੰਨ ਅੱਠ ਪਾਰਟੀ ਖੜੇ ਸਾਡੇ ਕੋਲ ਨਹੀਂ ਪਿੰਡ 'ਚ, ਸਾਡੇ ਅੱਠ ਪਾਰਟੀ ਨੇ ਪਿੰਡ 'ਚ ਸਾਡੇ। ਅੱਛਾ, ਨਜ਼ਾਰੇ ਆ ਰਹੇ ਬਸ ਝਾੜੂ ਵਾਲੇ ਕੋਲ ਨਹੀਂ। ਅੱਛਾ, ਹੋਰ ਜਿਹੜੇ ਦੂਜੀਆਂ ਪਾਰਟੀਆਂ ਨੇ ਉਹਨਾਂ ਦਾ ਨਹੀਂ ਚੱਲ ਰਿਹਾ ਕੰਮ ਵਧੀਆ? ਨਾ ਵਧੀਆ ਵੀਰੇ, ਆਪਾਂ ਨੂੰ ਨਹੀਂ ਪਤਾ, ਆਪਾਂ ਤਾਂ ਯਾਰ ਝਾੜੂ ਵਾਲੇ ਕੰਨੇ ਖੜੇ, ਉਦੋਂ ਕਾਹਦਾ ਗਿਆ ਬਰੇ ਰਿਪੋਰਟ ਜੀ। ਉਹ ਪਹਿਲਾਂ ਦੇਖ ਲਿਆ ਸੀ ਇੱਧਰ ਪੁੱਛ, ਪਹਿਲਾਂ ਦੇਖ ਲਿਆ ਜੀ ਅਸੀਂ। ਦੂਜੀਆਂ ਪਾਰਟੀਆਂ ਨੂੰ ਕਾਹਤੋਂ ਨਹੀਂ ਵੋਟ ਪਾ ਰਹੇ ਤੁਸੀਂ? ਉਹ ਵਧੀਆ ਨਹੀਂ ਬੰਦੇ ਹੈਗੇ, ਉਹ ਵਧੀਆ ਨਹੀਂ ਬੰਦੇ ਹੈਗੇ, ਝਾੜੂ ਵਾਲਾ ਬੰਦਾ ਵਧੀਆ। ਇੱਕ ਮੌਕਾ ਐਤਕੀ ਝਾੜੂ ਨੂੰ? ਹਾਂ ਇੱਕ ਮੌਕਾ ਝਾੜੂ ਨੂੰ, ਝਾੜੂ ਦੀ ਬੱਲੇ ਬੱਲੇ ਹੋਈ ਪਈ ਆ ਜੀ ਸਾਰੇ ਪਾਸੇ। ਅੱਛਾ ਜੀ, ਸਮਾਣਾ ਵਗ ਜਾਓ, ਇੱਧਰ ਸੁਨਾਮ ਵਗ ਜਾਓ, ਬਠਿੰਡਾ ਵਗ ਜਾਓ, ਲੰਬੀ ਝਾੜੂ ਏ ਝਾੜੂ, ਝਾੜੂ ਏ ਝਾੜੂ। ਐਗਤੀ ਫੇਰਨਗੇ ਯਾਰ ਝਾੜੂ ਸਾਰਿਆਂ ਦੇ, ਹੈਂ ਐਗਤੀ ਝਾੜੂ ਫੇਰਨੇ ਯਾਰ ਸਾਰਿਆਂ ਦੇ। ਅੱਛਾ, ਐਤਕੀ ਨਹੀਂ ਆਉਣ ਦੇਣਾ ਵੀਰੇ, ਐਗਤੀ ਕਿਸੇ ਕੋਈ ਕਾਂਗਰਸ ਨਹੀਂ ਆਉਣ ਦੇਣੀ, ਕੋਈ ਅਕਾਲੀ ਨਹੀਂ ਆਉਣ ਦੇਣੇ, ਝਾੜੂ ਫੇਰਨਾ ਯਾਰ। ਪਰ ਅਸੀਂ ਬਹੁਤ ਦੁਖੀ ਹਾਂ ਯਾਰ, ਭੈਣ ਦਾ ਯਾਰ ਉਹਨੇ ਕੋਈ ਕਰਿਆ ਨਹੀਂ, ਆਹ ਕਹਿੰਦਾ ਮੋਦੀ ਨੇ ਪੈਸੇ ਵੰਡਤੇ ਜੀ, ਸਾਡਾ ਘਰ ਪੈ ਗਿਆ, ਸਾਡਾ ਘਰ ਜਾ ਕੇ ਦੇਖੋ ਭੈਣ ਦਾ, ਮੀਂਹ ਪੈਂਦਾ ਨਾ ਪਟਿਆਲੇ, ਮੀਂਹ ਪੈਂਦਾ ਹੋਊਗਾ ਪਹਿਲਾਂ ਸਾਡੇ ਚੂਣ ਲੱਗ ਜਾਂਦਾ, ਤਰਪਾਲ ਲੈਂਦੇ ਆ 1000 ਰੁਪਏ ਦੀ ਤਰਪਾਲ ਪਾ ਕੇ ਟਾਈਮ ਕੱਢੇ ਆਏ ਤੇ ਪੈਸੇ ਚੱਕ ਕੇ। ਹੋਰ ਚੱਲ ਇਹਦੀ ਇੰਟਰਵਿਊ ਲੈ ਲੈ, ਚਲੋ ਠੀਕ ਹੈ ਵੀਰੇ। ਹੁਣ ਦਿਖਾਉਂਦੇ ਹਾਂ ਤੁਹਾਨੂੰ ਜਿੱਥੇ ਸਾਡੇ ਵੋਟਾਂ ਪੈ ਰਹੀਆਂ ਨੇ ਪਿੰਡ, ਅਤੇ ਸਾਡੇ ਸਕੂਲ 'ਚ ਪੈ ਰਹੀਆਂ ਨੇ ਵੋਟਾਂ, ਅਤੇ ਇਸ ਸਕੂਲ 'ਚ ਪੈ ਰਹੀਆਂ ਨੇ ਵੋਟਾਂ। ਅਤੇ ਹਾਂਜੀ, ਮੈਂ ਤਾਂ ਇਹੀ ਕਹਿਣਾ, ਜਿਹਦੀ ਜਿਹਦੀ ਜਿੱਥੇ ਪਾਉਣ ਦੀ ਦਿਲ 'ਚ ਤਮੰਨਾ ਉੱਥੇ ਆਪਦੀ ਵੋਟ ਪਾਓ, ਲੜਾਈਆਂ ਝਗੜਿਆਂ 'ਚ ਕੀ ਰੱਖਿਆ, ਜਿਹਨੇ ਜਿੱਥੇ ਜੀ ਕਰਦਾ ਵੋਟ ਉੱਥੇ ਪਾ ਦਿਓ, ਕੋਈ ਗੱਲ ਨਹੀਂ। ਬਾਕੀ ਮੈਂ ਮਾਹੌਲ ਜੀ ਸਾਰੇ ਪਾਰਟੀਆਂ ਦਾ ਪੂਰਾ, ਕਿਸੇ ਦੀ ਕੋਈ ਘਾਟ ਨਹੀਂ ਲੱਗ ਰਹੀ, ਬੱਲੇ ਬੱਲੇ ਹੋਈ ਪਈ ਆ। ਅਕਾਲੀ ਕਹਿ ਰਹੇ ਨੇ ਅਸੀਂ ਮੂਹਰੇ ਹਾਂ, ਕਾਂਗਰਸ ਕਹਿ ਰਹੀ ਅਸੀਂ ਮੂਹਰੇ ਹਾਂ, ਆਪ ਵਾਲੇ ਵੀ ਕਹਿ ਰਹੇ ਨੇ ਵੀ ਇੱਧਰੋਂ ਵੀ ਆਪਣਾ ਸਿਲੈਂਡਰ ਵਾਲੇ ਵੀ ਕਹਿ ਰਹੇ ਨੇ। ਦੇਖੋ ਆਪਦੀ ਤੁਹਾਡੀ ਆਪਦੀ ਚੋਇਸ ਆ, ਜਿੱਥੇ ਮਰਜ਼ੀ ਵੋਟ ਪਾਓ, ਨਗਰ 'ਚ ਏਕਾ ਜ਼ਰੂਰੀ ਆ, ਜਿਹਦੇ ਨਗਰ 'ਚ ਏਕਾ ਸਭ ਕੁਛ ਆ। ਇਹੀ ਮੈਂ ਜਨਤਾ ਨੂੰ ਕਹਿਣਾ ਚਾਹੁੰਦਾ ਵੀ ਇੱਕਣੇ ਰਹੋ ਬਣ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।